ਭਾਈ ਨਾਲ ਬੁਲਾਓ ਜਿਹੜੇ ਬੰਦੇ ਦੀ ਇੰਟਰਵਿਊ ਹੋ ਜਾਊ ਅੰਦਰ ਆ ਜਾ ਮੰਨ ਸ਼ੁਰੂ ਨਾ ਅੱਕ ਜੀ ਅੱਜ ਸਿਗਨੇਚਰ ਮੁਹਿੰਮ ਸ਼ੁਰੂਆਤ ਕੀਤੀ ਹੈ ਕੀ ਕਹਿਣਾ ਚਾਹੋਗੇ ਕੀ ਅਪੀਲ ਕਰੋਗੇ ਇਹ ਹੁਣ ਮੈਂ ਆਏ ਸੰਡੇ ਨੂੰ ਪਹਿਲਾਂ ਨਾਲ ਪਬਲਿਕ ਨੂੰ ਸੰਬੋਧਨ ਕਰਦੇ ਸੀ ਹੈ ਨਾ ਮੈਂ ਇਹ ਗੱਲ ਨੂੰ ਮਹਿਸੂਸ ਕੀਤਾ ਵੀ ਆਪਾਂ ਨੂੰ ਹਰੇਕ ਸੰਡੇ ਕੋਈ ਨਵਾਂ ਬਿਆਨ ਨਹੀਂ ਜਾਰੀ ਕਰਨਾ ਚਾਹੀਦਾ ਕਿਉਂਕਿ ਜਿਹੜੀ ਗੱਲ ਆਪਾਂ ਪਹਿਲਾਂ ਮੂੰਹ ਚੋਂ ਕੱਢੀ ਹੈ ਉਹ ਆਪਾਂ ਪੂਰੀ ਕਰੀਏ ਔਰ ਜਿਹੜਾ ਪ੍ਰੋਪਰਲੀ ਜਿੰਨਾ ਆਪਾਂ ਸਮਾਂ ਦਿੱਤਾ ਪ੍ਰਸ਼ਾਸਨ ਨੂੰ ਨਾ ਟਾਈਮ ਦੇਈਏ ਵੀ ਆਪਾਂ ਇੱਕ ਮਹੀਨੇ ਦੇ ਵਿੱਚ ਜੇ ਕੋਈ ਆਪਾਂ ਨੂੰ ਲੱਗਦਾ ਰਿਹਾ ਵੀ ਆਪਣੀ ਗੱਲ 'ਤੇ ਬਿਲਕੁਲ ਵਿਚਾਰ ਹੀ ਨਹੀਂ ਕੀਤਾ ਗਿਆ ਫਿਰ ਆਪਾਂ ਕੋਈ ਅਗਲੀ ਗੱਲ ਕਰੀਏ ਉਸ ਦੇ ਲਈ ਫਿਰ ਜਦੋਂ ਸੰਗਤ ਆਉਂਦੀ ਹੈ ਕਈ ਵਾਰੀ ਮੈਂ ਘਰੇ ਹੁੰਦਾ ਵੀ ਹਾਂ ਕਈ ਵਾਰੀ ਨਹੀਂ ਹੁੰਦਾ ਕਈਆਂ ਨੂੰ ਮਿਲ ਲੈਣਾ ਕਈ ਨਹੀਂ ਮਿਲ ਪਾਇਆ ਜਾਂਦਾ ਉਹਦੇ ਲਈ ਫਿਰ ਅਸੀਂ ਕੀਤਾ ਵੀ ਇੱਕ ਆਪਾਂ ਰਜਿਸਟਰ ਲਾਈਏ ਵੀ ਹਰ ਇੱਕ ਬੰਦੇ ਆਪਦੀ ਭਾਵਨਾਵਾਂ ਲਿਖਣੀ ਚਾਹੁੰਦੇ ਉਹਦੇ ਵਿੱਚ ਵੀ ਅਸੀਂ ਆਏ ਹਾਂ ਸਿੱਧੂ ਦੇ ਜਸਟਿਸ ਦੇ ਵਿੱਚ ਅਸੀਂ ਵੀ ਤੁਹਾਡੇ ਬਰਾਬਰ ਦੇ ਸ਼ਰੀਕ ਅਸੀਂ ਉਹਨਾਂ ਨੂੰ ਆਪਣੀ ਮੁਹਿੰਮ ਦੇ ਵਿੱਚ ਨਾਲ ਲੈਣ ਦੀ ਖਾਤਰ ਇਹ ਹਰ ਇੱਕ ਸਿੱਧੂ ਦੇ ਜਿਹੜੇ ਫੈਨ ਦਾ ਮੈਂ ਨਹੀਂ ਕਹੂੰਗਾ ਭੈਣ ਭਰਾ ਹੀ ਨੇ ਉਹਦੇ ਸਾਰੇ ਵੀ ਉਹ ਸਾਡੀ ਮੁਹਿੰਮ ਦਾ ਹਿੱਸਾ ਬਣਨ ਅਤੇ ਆਪਣੇ ਸਿਗਨੇਚਰ ਕਰਨ ਅਤੇ ਮੇ ਵੀ ਲੱਖ ਤੋਂ ਉੱਤੇ ਅਸੀਂ ਥੋੜ੍ਹੇ ਦਿਨਾਂ 'ਚ ਹੀ ਕਰ ਦਿਆਂਗੇ ਇਹਨੂੰ ਥੋੜ੍ਹੇ ਚਿਰ 'ਚ ਹੀ ਅਤੇ ਉਸ ਤੋਂ ਬਾਅਦ ਅਸੀਂ ਕੋਰਟ ਦੇ ਅੱਗੇ ਰੱਖੀਏ ਵੀ ਇਹਨੂੰ ਇਕੱਲਾ ਸਿੱਧੂ ਸਾਡਾ ਨਹੀਂ ਸੀ ਸਿੱਧੂ ਇਹਨਾਂ ਲੋਕਾਂ ਨਾਲ ਸੀ ਅੱਜ ਸਭ ਨੂੰ ਬੇਨਤੀ ਕਰਾਂ Subscribe to One India channel and never miss an update.